ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਠਿੰਡਾ ਡਿਸਟ੍ਰਿਕਟ ਵਿੱਚ ਆਈ ਜੋਬ ਵੈਕੈਂਸੀਆਂ ਦੀ। ਦੋਸਤੋ ਅੱਜ ਮੈਂ ਨਿਊਜ਼ਪੇਪਰ ਵਿੱਚ ਇਹ ਨਿਊਜ਼ ਪੜ੍ਹੀ ਸੀ ਅਤੇ ਇਸ ਦਾ ਪ੍ਰੂਫ ਤੁਹਾਡੇ ਸਾਹਮਣੇ ਮੈਂ ਜੋ ਵੀਡੀਓ ਬਣਾ ਕੇ ਦੇ ਰਿਹਾ ਕਿ ਇਸ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਜੋਬ ਵੈਕੈਂਸੀ ਆਈਆਂ ਹਨ ਜਾਂ ਨਹੀਂ। ਤਾਂ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਦੋਸਤੋ ਆਪਾਂ ਨੂੰ ਬਠਿੰਡੇ ਜ਼ਿਲ੍ਹੇ ਦੀਆਂ ਜੋਬ ਵੈਕੈਂਸੀਆਂ ਦੇਖਣ ਵਾਸਤੇ ਪਹਿਲਾਂ ਆਪਣੇ ਗੂਗਲ ਸਰਚ ਵਿੱਚ ਆਪਾਂ ਨੂੰ ਟਾਈਪ ਕਰਨਾ ਪਵੇਗਾ bathinda.nic.in। ਤਾਂ ਉਸ ਤੋਂ ਬਾਅਦ ਆਪਣੇ ਕੋਲ ਸਾਹਮਣੇ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਜੋ ਰਿਕਰੂਟਮੈਂਟ ਦਾ ਸੈਕਸ਼ਨ ਹੈ ਉਸ 'ਤੇ ਆਪਾਂ ਕਲਿੱਕ ਕਰ ਲੈਣਾ। ਤਾਂ ਕਲਿੱਕ ਕਰਨ ਤੋਂ ਬਾਅਦ ਇਹਨਾਂ ਦਾ ਜੋ ਬਠਿੰਡਾ ਜ਼ਿਲ੍ਹੇ ਦੀ ਆਫੀਸ਼ੀਅਲ ਸਾਈਟ ਆ ਉਹ ਸਾਹਮਣੇ ਆਪਣੇ ਖੁੱਲ੍ਹ ਜਾਂਦੀ ਹੈ। ਅਤੇ ਇਸ ਵਿੱਚ ਜਿੰਨੀ ਵੀ ਰਿਕਰੂਟਮੈਂਟ ਆਈ ਹੋਈ ਹੈ ਬਠਿੰਡੇ ਜ਼ਿਲ੍ਹੇ ਵਿੱਚ ਸਾਰੀ ਇਸ ਪੇਜ ਵਿੱਚ ਸ਼ੋਅ ਕਰ ਦਿੱਤੀ ਜਾਂਦੀ ਹੈ ਅਤੇ ਆਪਾਂ ਹੁਣ ਚੈੱਕ ਕਰ ਸਕਦੇ ਹਾਂ। ਅਤੇ ਦੋਸਤੋ ਆਹ ਰਿਕਰੂਟਮੈਂਟ ਹੈ ਜੋ 20/11/2019 ਨੂੰ ਆਈ ਹੈ ਅਤੇ 20/12/2019 ਤੱਕ ਚੱਲੇਗੀ। ਐਂਡ ਡੇਟ ਇਸਦੀ ਇਹ ਅਤੇ ਲਾਸਟ ਸਟਾਰਟ ਡੇਟ ਇਸਦੀ 20/11/2019। ਚਲੋ ਹੁਣ ਆਪਾਂ ਹੁਣ ਇਸਦੀ PDF ਫਾਈਲ ਚੈੱਕ ਕਰ ਲੈਂਦੇ ਹਾਂ। ਅਤੇ ਦੋਸਤੋ ਇਸਦੀ PDF ਫਾਈਲ ਵਿੱਚ ਦੱਸੀ ਗਈ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ ਵੱਲੋਂ ਭਰਤੀ। ਓਕੇ ਦੋਸਤੋ, ਅਤੇ ਹੁਣ ਆਪਾਂ ਇਸਦੀ ਚੈੱਕ ਕਰ ਲੈਂਦੇ ਹਾਂ ਇਸਦੀ ਕੀ ਕੀ ਐਲੀਜੀਬਿਲਿਟੀ ਦੱਸੀ ਗਈ ਹੈ, ਇਸ ਵਿੱਚ ਕੀ ਕੀ ਆਪਾਂ ਨੂੰ ਕੁਆਲੀਫਿਕੇਸ਼ਨ ਚਾਹੀਦੀ ਹੈ ਅਤੇ ਕਿੰਨੀ ਤਨਖਾਹ ਮਿਲੇਗੀ। ਦੋਸਤੋ ਉਰੇ ਆਪਾਂ ਚੈੱਕ ਕਰ ਸਕਦੇ ਹਾਂ ਅਸਾਮੀ ਦਾ ਨਾਮ ਕੇਸ ਵਰਕਰ ਹੈ ਅਤੇ ਇਸਦੀ ਜੋ ਸੈਲਰੀ ਹੋਵੇਗੀ ਉਹ 12,000 ਹੋਵੇਗੀ ਅਤੇ ਲਾਅ ਦੀ ਡਿਗਰੀ ਜਾਂ ਸੋਸ਼ਲ ਵਰਕ ਵਿੱਚ ਮਾਸਟਰ ਡਿਗਰੀ ਆਪਣੇ ਕੋਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 3 ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਐਸਸੀਆਂ ਵਾਸਤੇ ਇੱਕ ਪੋਸਟ ਜੋ ਰਾਖਵੀਂ ਰੱਖੀ ਗਈ ਹੈ। ਇਸ ਤੋਂ ਬਾਅਦ ਦੂਜੀ ਪੋਸਟ ਦੀ ਗੱਲ ਕਰੀਏ ਤਾਂ ਆਪਾਂ ਇਹ ਪੈਰਾਲੀਗਲ ਪਰਸਨਲ ਜਾਂ ਲਾਇਰ ਦੀ ਹੈ ਜੋ ਕੇਵਲ ਮਹਿਲਾ ਲਈ ਹੈ। 16,000 ਇਸਦੀ ਸੈਲਰੀ ਹੋਵੇਗੀ। ਲਾਅ ਜਾਂ ਸੋਸ਼ਲ ਬੈਕਗਰਾਊਂਡ ਇਸਦੀ ਕੀਤੀ ਹੋਣੀ ਚਾਹੀਦੀ ਹੈ ਅਤੇ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਦੂਜੀ ਸਾਈਕੋ ਸੋਸ਼ਲ ਕਾਉਂਸਲਰ ਦੀ ਹੈ, ਇਹ ਵੀ ਕੇਵਲ ਮਹਿਲਾ ਲਈ ਹੈ ਅਤੇ 15,000 ਇਸਦੀ ਸੈਲਰੀ ਹੈ ਅਤੇ ਇਸਦਾ ਜੋ ਪੋਸਟ ਗ੍ਰੈਜੂਏਟ ਸੋਸ਼ਲ ਵਰਕ ਵਿੱਚ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਅਤੇ ਚੌਥੀ ਜੋ ਪੋਸਟ ਹੈ ਉਹ IT ਸਟਾਫ ਦੀ ਹੈ ਅਤੇ 15,000 ਇਸਦੀ ਸੈਲਰੀ ਹੈ। ਇਸ ਵਿੱਚ ਕੰਪਿਊਟਰ ਵਿੱਚ ਡਿਪਲੋਮਾ ਸਹਿਤ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇਲਾਵਾ 3 ਸਾਲਾਂ ਦਾ ਇਸ ਵਿੱਚ ਤਜਰਬਾ ਮੰਗਿਆ ਗਿਆ ਹੈ ਅਤੇ ਅਨੁਸੂਚਿਤ ਜਾਤੀ ਲਈ ਇੱਕ ਰਾਖਵੀਂ ਪੋਸਟ ਰੱਖੀ ਗਈ ਹੈ। ਅਤੇ ਪੰਜਵੀਂ ਜੋ ਪੋਸਟ ਹੈ ਦੋਸਤੋ ਇਹ 10,000 ਇਸਦੀ ਸੈਲਰੀ ਹੋਵੇਗੀ ਅਤੇ ਜੋ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਹੈ, ਮੈਟ੍ਰਿਕ ਪਾਸ ਹੋਣਾ ਚਾਹੀਦਾ ਅਤੇ ਹੈਲਪ ਇਸ ਵਿੱਚ ਜੋ ਮਲਟੀਪਰਪਜ਼ ਹੈਲਪਰ ਕੇਵਲ 2 ਮਹਿਲਾ ਲਈ ਪੋਸਟਾਂ ਹਨ ਅਤੇ ਜਿਸ ਵਿੱਚ ਇੱਕ SC ਕੈਟੇਗਰੀ ਲਈ ਸੇਵ ਰੱਖੀ ਗਈ ਹੈ। ਅਤੇ ਮੇਨ ਗੱਲ ਆਪਾਂ ਹੋਰ ਦੇਖ ਲਈਏ, ਇਹ ਦੋਸਤੋ ਇੱਕ ਆਫਲਾਈਨ ਫੋਰਮ ਹੈ ਅਤੇ ਜਿਸ ਤਰ੍ਹਾਂ ਇਹਨਾਂ ਨੇ ਇਸ ਆਪਣੇ ਨੋਟੀਫਿਕੇਸ਼ਨ ਵਿੱਚ ਦੱਸਿਆ ਹੋਇਆ ਹੈ, 1 ਸਟਾਪ ਸੈਂਟਰ ਬਠਿੰਡਾ ਵਿਖੇ ਹੇਠ ਲਿਖੀਆਂ ਅਸਾਮੀਆਂ ਲਈ ਉਹਨਾਂ ਦੇ ਸਾਹਮਣੇ ਦਰਸਾਈ ਤਨਖਾਹ, ਉਮਰ, ਯੋਗਤਾ ਅਤੇ ਤਜਰਬੇ ਦੇ ਆਧਾਰ 'ਤੇ ਨਿਰੋਲ ਠੇਕੇ ਦੀ ਭਰਤੀ ਕਰਨ ਲਈ ਬੇਨੀਪਿੱਤਰ ਦੀ ਮੰਗ ਕੀਤੀ ਗਈ ਹੈ। ਚਾਹਵਾਨ ਉਮੀਦਵਾਰ ਆਪਣੀ ਅਰਜ਼ੀ ਨਿਰਧਾਰਿਤ ਪ੍ਰਫੋਰਮਾ ਵਿੱਚ 18 ਤਰੀਕ 12ਵੇਂ ਮਹੀਨੇ ਤੋਂ ਪਹਿਲਾਂ 5 ਵਜੇ ਤੱਕ ਇਹਨਾਂ ਦੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਕਮਰਾ ਨੰਬਰ 315 P2 ਮੰਜ਼ਿਲ ਮਿੰਨੀ ਸਕੇਤਰ ਅਤੇ ਬਠਿੰਡਾ ਵਿਖੇ ਕੇਵਲ ਰਜਿਸਟਰ ਡਾਕ ਸਪੀਡ ਰਾਹੀਂ ਆਪਾਂ ਇਹ ਭੇਜ ਸਕਦੇ ਹਾਂ। ਮਤਲਬ ਕਿ ਆਪਾਂ ਨੂੰ ਪੋਸਟ ਕਰਨੀ ਪਵੇਗੀ, ਸਪੀਡ ਪੋਸਟ ਰਾਹੀਂ ਆਪਾਂ ਇਸ ਨੂੰ ਪੋਸਟ ਕਰਾਂਗੇ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ। ਅਤੇ ਜੋ ਇਸਦਾ ਆਫਲਾਈਨ ਫੋਰਮ ਹੈ ਉਹ ਮੈਂ ਤੁਹਾਨੂੰ ਇਸੀ ਸਾਈਟ ਵੀ ਡਾਊਨਲੋਡ ਕਰਕੇ ਨੀਚੇ ਮਿਲ ਜਾਵੇਗਾ ਅਤੇ ਇਸ ਉਹਨੂੰ ਤੁਸੀਂ ਡਾਊਨਲੋਡ ਕਰਕੇ ਇਸ ਨੂੰ ਪ੍ਰਿੰਟ ਕਢਵਾ ਕੇ ਅਤੇ ਚੰਗੀ ਤਰ੍ਹਾਂ ਫੜ ਕੇ ਇਸ ਨੂੰ ਤੁਸੀਂ ਸਪੀਡ ਬੋਕਸ ਬੋਕਸ ਰਾਹੀਂ ਆਪਣਾ ਸੈਂਡ ਕਰ ਦੇਣਾ ਹੈ। ਇਹ ਪਰਫੋਰਮਾ ਇਸ 'ਤੇ ਆਪਣੀ ਫੋਟੋ ਲੱਗੇਗੀ ਅਤੇ ਨਾਮ, ਫੁੱਲ ਨੇਮ, ਡੇਟ ਆਫ ਬਰਥ, ਜੈਂਡਰ, ਜੋ ਫਾਦਰ ਨੇਮ, ਸਭ ਕੁਛ ਆ ਨੋਰਮਲ ਜਿਹੀ ਕੈਟੇਗਰੀ ਦੱਸੀ ਗਈਆਂ ਹਨ ਆਪਾਂ ਨੂੰ ਫਿਲ ਕਰ ਲੈਣੀ ਹੈ ਅਤੇ ਚੰਗੀ ਤਰ੍ਹਾਂ ਆਪਾਂ ਨੂੰ ਆਪਣਾ ਕੁਆਲੀਫਿਕੇਸ਼ਨ ਦਾ ਹਿਸਾਬ ਜਿੰਨੀ ਜਿਹੜੀ ਆਪਾਂ ਕੀਤੀ ਹੈ ਡਿਗਰੀ ਜਿਹੜੇ ਕੋਲ ਆਪਣਾ ਉਸ ਦਾ ਆਪਾਂ ਨੂੰ ਵੇਰਵਾ ਦੇ ਦੇਣਾ ਇੱਥੇ ਅਤੇ ਆਪਾਂ ਨੂੰ ਡਾਕਖਾਨੇ ਵੀ ਜਾ ਕੇ ਸਪੀਡ ਬੋਕਸ ਰਾਹੀਂ ਆਪਾਂ ਨੂੰ ਸੈਂਡ ਕਰ ਦੇਣਾ ਇਹਨਾਂ ਦੇ ਪਤੇ 'ਤੇ। ਅਤੇ ਹੋਰ ਜਾਣਕਾਰੀ ਲਈ ਦੋਸਤੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਤੁਹਾਡਾ ਆਪਣਾ ਚੈਨਲ ਹੈ ਜਿਸ ਵਿੱਚ ਰੀਅਲ ਨਿਊਜ਼ ਜੋਬ ਵੈਕੈਂਸੀ ਦੀ ਦਿੱਤੀ ਜਾਂਦੀ ਹੈ ਤਾਂ ਜੋ ਤੁਹਾਨੂੰ ਕੋਈ ਹੈਲਪ ਮਿਲ ਸਕੇ। ਓਕੇ ਦੋਸਤੋ, ਥੈਂਕ ਯੂ।